ਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ ਜੀ ਦੋਸਤੋ, ਮੈਂ ਜ਼ੀਸ਼ਾਨ ਅਲੀ ਟੂਰਿਸਟ ਮੈਂਟੋਰ ਚੈਨਲ ਦੀ ਤਰਫੋਂ। ਦੋਸਤੋ, ਅੱਜ ਅਸੀਂ ਗੱਲ ਕਰਾਂਗੇ ਆਪਣੇ ਸਟੂਡੈਂਟਸ ਵਾਸਤੇ ਜਿਹੜੇ ਬੱਚੇ ਇੰਟਰਮੀਡੀਏਟ ਪਾਸ ਆ। ਮੈਂ ਸਪੈਸ਼ਲੀ ਗੱਲ ਕਰਾਂਗਾ ਇੰਡੀਆ ਪਾਕਿਸਤਾਨ ਦੇ ਮੁਤਲਕ। ਜਿਹੜੇ 12ਵੀਂ ਪਾਸ ਆ ਉਹ ਅਬਰੋਡ ਸਟੱਡੀ ਕਰਨਾ ਜਾਣਾ ਚਾਹੁੰਦੇ ਆ, ਲੇਕਿਨ ਮਿਡਲ ਕਲਾਸ ਫੈਮਿਲੀ ਦੇ ਨਾਲ ਉਹਨਾਂ ਦਾ ਤਲਕ ਆ। ਉਹ ਇਤਨੀਆਂ ਹਾਈ ਫੀਸਾਂ ਜਿਸ ਤਰ੍ਹਾਂ ਅਮੈਰੀਕਾ, ਕੈਨੇਡਾ, ਆਸਟ੍ਰੇਲੀਆ ਤਾਂ UK ਆ, ਇਹਨਾਂ ਦੀਆਂ ਫੀਸਾਂ ਅਫੋਰਡ ਨਹੀਂ ਕਰ ਸਕ ਰਹੇ। ਠੀਕ ਆ, ਤਲੀਮੀ ਤੁਹਾਨੂੰ ਮੈਂ ਦੱਸ ਦਿੱਤਾ ਵਾ ਕਿ ਉਹਨਾਂ ਦੇ ਕੋਲ ਡਿਪਲੋਮਾ ਐਟਲੀਸਟ ਇੰਟਰਮੀਡੀਏਟ ਦਾ ਹੋਣਾ ਚਾਹੀਦਾ, ਇਸ ਤੋਂ ਘੱਟ ਚੱਲਣਾ ਨਹੀਂ ਆ। ਦੂਸਰੀ ਮਦਦਦਾਰੀ ਦੀ ਗੱਲ ਇਹ ਹੈ ਕਿ ਇਹਨਾਂ ਦੀ ਟਿਊਸ਼ਨ ਫੀਸ, ਜਿਨ੍ਹਾਂ 4 ਕੰਟਰੀ ਦੇ ਮੈਂ ਗੱਲ ਕਰੂੰਗਾ, ਇਹਨਾਂ ਦੀ ਟਿਊਸ਼ਨ ਫੀਸ ਨਿਹਾਇਤ ਥੋੜ੍ਹੀ ਆ। ਅਗਰ ਤੁਸੀਂ ਕੰਪੇਅਰ ਕਰਕੇ ਦੇਖੋ ਇਹਨਾਂ 4 ਵੱਡੇ ਕੰਟਰੀਆਂ ਤੋਂ ਜਾਂ ਜਿੰਨੇ ਵੀ ਆ ਵੱਡੇ ਵੱਡੇ ਕੰਟਰੀਜ਼ ਆ, ਇਹਨਾਂ ਦੀਆਂ ਫੀਸਿਸ ਬਹੁਤ ਹਾਈ ਆ। ਅਤੇ ਜਿਹੜੀਆਂ ਅਸੀਂ 4 ਕੰਟਰੀ ਮੈਂ ਚੂਜ਼ ਕੀਤੇ ਆ, ਇਹਨਾਂ ਦੀ ਟਿਊਸ਼ਨ ਫੀਸ ਬਹੁਤ ਕਮ ਆ। ਅਤੇ ਦੂਸਰੀ, ਇਹਨਾਂ ਦੇ ਵਿੱਚ ਆਈਲੈਟਸ ਕੰਪਲਸਰੀ ਨਹੀਂ ਆ। ਅਗਰ ਕੀਤਾ ਵਾ ਵੈਲ ਐਂਡ ਗੁੱਡ, ਅਗਰ ਨਹੀਂ ਵੀ ਕੀਤਾ ਕੋਈ ਮਸਲਾ ਨਹੀਂ ਆ, ਵਰੀ ਕਰਨ ਦੀ ਕੋਈ ਜ਼ਰੂਰਤ ਨਹੀਂ ਆ। ਮੈਂ ਇਸੇ ਕਰਕੇ 4 ਕੰਟਰੀ ਚੂਜ਼ ਕੀਤੇ ਆ ਜਿਹੜਾ ਹਰ ਬੰਦੇ ਦੀ ਦਸਰਸ ਦੇ ਵਿੱਚ ਆ। ਹਰ ਬੰਦਾ ਇਹਨੂੰ, ਮਿਡਲ ਕਲਾਸ ਫੈਮਿਲੀ ਦਾ ਬੱਚਾ ਇਹਨੂੰ ਈਜ਼ੀਲੀ ਅਫੋਰਡ ਕਰ ਸਕਦਾ ਵਾ। ਇਹਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਫਾਇਦੇ ਵੀ ਹੋਣਗੇ ਫਿਊਚਰ ਦੇ ਵਿੱਚ ਜਾ ਕੇ। ਅਤੇ ਤੁਹਾਨੂੰ ਮੈਂ ਐਂਡ ਦੇ ਉੱਤੇ ਇੱਕ ਕੰਟਰੀ ਦੇ ਬਾਰੇ ਟਿਪ ਦਊਂਗਾ ਜਿਹੜੀ ਬਹੁਤ ਮੁਫੀਦ ਤੁਹਾਡੇ ਲਈ ਸਾਬਤ ਹੋਊਗੀ। ਵੀਡੀਓ ਨੂੰ ਐਂਡ ਤੱਕ ਦੇਖਣਾ ਪਲੀਜ਼। ਅਗਰ ਵੀਡੀਓ ਪਸੰਦ ਆਵੇ ਪਲੀਜ਼ ਲਾਈਕ, ਸ਼ੇਅਰ ਤਾਂ ਕਮੈਂਟ ਜ਼ਰੂਰ ਕਰਨਾ, ਬੈੱਲ ਆਈਕਨ ਨੂੰ ਪ੍ਰੈਸ ਕਰ ਲੈਣਾ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਪਲੀਜ਼, ਐਂਡ ਥੈਂਕ ਯੂ। ਤਾਂ ਚਲੋ ਜੀ, ਅੱਜ ਦੇ ਟੋਪਿਕ ਦੀ ਤਰਫ ਚੱਲਦੇ ਹਾਂ। ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਮੈਂ 4 ਕੰਟਰੀ ਚੂਜ਼ ਕੀਤੇ ਆ ਜਿਹੜੇ ਮਿਡਲ ਕਲਾਸ ਬੱਚਿਆਂ ਵਾਸਤੇ ਅਫੋਰਡੇਬਲ ਆ। ਉਹਨਾਂ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਵਾ ਨੰਬਰ ਹੈਗਾ ਆਈਸਲੈਂਡ ਦਾ। ਅੱਛਾ, ਇਹ 4 ਕੰਟਰੀਆਂ ਦੇ ਬਾਰੇ ਮੈਂ ਤੁਹਾਨੂੰ ਇੱਕ ਥੋੜ੍ਹਾ ਜਿਹਾ ਹੋਰ ਦੱਸ ਦੇਵਾਂ ਕਿ ਵੀਜ਼ੇ ਇਹਨਾਂ 'ਤੇ ਈਜ਼ੀਲੀ ਤੁਹਾਨੂੰ ਲੱਗ ਜਾਣਗੇ ਇਹ, ਲੇਕਿਨ ਤੁਹਾਡੇ ਜਿਹੜੇ ਡਿਪਲੋਮੇ ਆ ਨਾ, ਤੁਹਾਡੇ ਜਿਹੜੇ ਸਰਟੀਫਿਕੇਟ ਆ, ਇਹਨਾਂ ਨੇ ਵੈਰੀਫਾਈਡ ਕਰਨੇ ਆ। ਠੀਕ ਆ, ਪਹਿਲੇ ਨੰਬਰ 'ਤੇ ਅਸੀਂ ਗੱਲ ਕਰਦੇ ਹਾਂ ਆਈਸਲੈਂਡ ਦੇ ਮੁਤਲਕ। ਠੀਕ ਜੀ, ਅਸੀਂ ਗੱਲ ਕਰਦੇ ਹਾਂ ਆਈਸਲੈਂਡ ਦੇ ਮੁਤਲਕ। ਆਈਸਲੈਂਡ ਇਹ ਤੁਹਾਡੀ ਜਿਹੜੀ ਆ ਨਾ, ਤੁਹਾਡੀਆਂ ਸਰਟੀਫਿਕੇਟਸ ਇਹ ਵੈਰੀਫਾਈਡ ਕਰੇਗਾ। ਉਹਦੀ ਫੀਸ ਹੁੰਦੀ ਆ $500 ਇਹ, ਉਹ ਸਰਵਿਸਿਸ ਚਾਰਜਸ, ਅਤੇ ਉਹ ਤੁਹਾਡੀਆਂ ਜਿਹੜੀਆਂ ਵਾ ਸਰਟੀਫਿਕੇਟਸ ਇਹਨਾਂ ਨੂੰ ਵੈਰੀਫਾਈ ਕਰੇਗਾ, ਉਹਦੇ ਉਹ ਪੈਸੇ ਲੈਂਦਾ ਵਾ। ਅਗਰ ਇਹ ਵੈਰੀਫਾਈ ਹੋ ਜਾਣ ਤਾਂ ਵੀਜ਼ਾ ਤੁਹਾਨੂੰ ਈਜ਼ੀਲੀ ਲੱਭ ਜਾਏਗਾ। ਲੇਕਿਨ ਉਹਦੇ ਵਿੱਚ ਇੱਕ ਸ਼ਰਤ ਇਹ ਹੋਣੀ ਚਾਹੀਦੀ ਆ ਕਿ ਤੁਹਾਡੇ ਅਕਾਊਂਟ ਦੇ ਵਿੱਚ ਪਰੂਫ ਆਫ ਫੰਡਸ ਹੁੰਦੇ ਆ, ਫੀਸ ਨਹੀਂ ਉਹਨਾਂ ਦੀ ਹੁੰਦੀ, ਪਰੂਫ ਆਫ ਫੰਡ ਹੋਣੇ ਚਾਹੀਦੇ ਆ ਕਿ ਤੁਹਾਡੇ ਅਕਾਊਂਟ ਦੇ ਵਿੱਚ ਐਟਲੀਸਟ $10,000 ਹੋਣਾ ਜ਼ਰੂਰੀ ਆ। ਉਹ ਤੁਸੀਂ ਜਦੋਂ ਉੱਥੇ ਪਹੁੰਚ ਗਏ ਮੰਥਲੀ ਥੋੜ੍ਹੇ ਥੋੜ੍ਹੇ ਕਰਕੇ ਕਢਵਾ ਸਕਦੇ ਆ। ਤੁਸੀਂ ਕਿਸੇ ਕੋਲ ਬਾਹਰੋਂ ਵੀ ਕਰ ਲਓ ਮਨੀ, ਅਗਰ ਪਾਕਿਸਤਾਨ ਜਾਂ ਇੰਡੀਆ ਦੇ ਵਿੱਚੋਂ, ਅਤੇ ਉਹਨਾਂ ਨੂੰ ਤੁਸੀਂ ਵਾਅਦਾ ਕਰ ਲਓ ਕਿ ਮੈਂ ਤੁਹਾਨੂੰ 4-5 ਮਹੀਨਿਆਂ ਦੇ ਵਿੱਚ ਲੁਟਾ ਦਿਆਂਗਾ ਪੈਸੇ, ਰਿਟਰਨ ਕਰ ਦਿਆਂਗਾ। ਬਹੁਤ ਅੱਛੀ ਓਪਰਚੁਨਿਟੀ ਆ, ਜ਼ਰੂਰ ਇਹਨੂੰ ਅਵੇਲ ਕਰੋ। ਅਤੇ ਦੂਸਰੇ ਨੰਬਰ 'ਤੇ ਅਸੀਂ ਗੱਲ ਕਰਦੇ ਹਾਂ ਬ੍ਰਾਜ਼ੀਲ ਦੀ। ਮਤਲਬ ਤੁਸੀਂ ਸੋਚਦੇ ਹੋ ਕਿ ਯਾਰ ਇਹਨੇ ਬ੍ਰਾਜ਼ੀਲ ਕਿਉਂ ਚੁਣਿਆ, ਸਾਊਥ ਅਮੈਰੀਕਾ ਦਾ ਕੰਟਰੀ ਆ, ਪੂਅਰ ਕੰਟਰੀ ਆ, ਅਤੇ ਵਜ੍ਹਾ ਕੀ ਬਣੀ? ਉਹਦੀ ਮੈਂ ਤੁਹਾਨੂੰ ਦੱਸਦਾ, ਉਹਦੀ ਰੀਜ਼ਨ ਕੀ ਆ। ਤੁਸੀਂ ਅਗਰ ਬ੍ਰਾਜ਼ੀਲ ਦੇ ਵਿੱਚ ਅਪਲਾਈ ਕਰਦੇ ਆ, ਇੱਕ ਤਾਂ ਉਹਦੇ ਵਿੱਚ ਆਈਲੈਟਸ ਹੈ ਨਹੀਂ, ਦੂਸਰਾ ਨਿਹਾਇਤ ਚੀਪ ਆ, ਤੀਸਰਾ ਤੁਸੀਂ ਆਪਣੇ ਸਪਾਊਸ ਨੂੰ ਲੈ ਕੇ ਜਾ ਸਕਦੇ ਆ ਆਪਣੇ ਨਾਲ ਵੀ, ਤਾਂ ਵਿਦਨ 2-3 ਮੰਥ। ਮੇਰੀ ਰਿਕਮੈਂਡੇਸ਼ਨ ਇਹ ਹੀ ਆ ਕਿ ਤੁਸੀਂ ਪਹਿਲਾਂ ਜਾਓ ਉੱਥੇ ਆਪ, ਉਸ ਤੋਂ ਬਾਅਦ ਅਗਰ ਤੁਸੀਂ ਮੈਰਿਡ ਹੋ
ਤੁਸੀਂ ਆਪਣੇ ਸਪਾਊਸ ਨੂੰ ਲੈ ਕੇ ਜਾ ਸਕਦੇ ਹਾਂ, ਠੀਕ ਆ। ਉਹ ਤੁਹਾਨੂੰ ਅਗਰ ਜਦੋਂ ਤੁਸੀਂ ਅਗਰ ਲੈਟ ਸਪੋਜ਼ ਕਿ ਤੁਸੀਂ ਬੈਚਲਰ ਡਿਗਰੀ ਵਾਸਤੇ ਜਾ ਰਹੇ ਹੋ, ਉਹ ਤੁਹਾਨੂੰ 1 ਸਾਲ ਦਾ ਵੀਜ਼ਾ ਦੇਣਗੇ ਕਿ ਤੁਸੀਂ ਜਾ ਕੇ ਉੱਥੇ ਪੋਰਚੁਗੀਜ਼ ਸਿੱਖੋ। 1 ਸਾਲ ਦਾ ਵੀਜ਼ਾ ਤੁਹਾਨੂੰ ਪੋਰਚੁਗੀਜ਼ ਸਿਖਾਉਣਗੇ, ਦੇਖੋ ਇੱਕ ਨਵੀਂ ਜ਼ੁਬਾਨ ਤੁਹਾਨੂੰ ਸਿੱਖਣ ਵਾਸਤੇ ਮਿਲੂਗੀ, ਫਿਰ ਉਸ ਤੋਂ ਬਾਅਦ ਤੁਹਾਨੂੰ ਡਿਗਰੀ ਕਰਵਾਉਣਗੇ ਜਿਹੜੀ ਪੋਰਚੁਗੀਜ਼ ਲੈਂਗੁਏਜ ਦੇ ਵਿੱਚ ਹੋਊਗੀ। ਅੱਛਾ, ਇੱਕ ਤਾਂ ਇਹ ਫਾਇਦਾ ਹੋ ਗਿਆ। ਦੂਸਰਾ, ਤੁਸੀਂ ਅਗਰ ਸਪਾਊਸ ਲੈ ਕੇ ਜਾਂਦੇ ਹਾਂ ਉੱਥੇ, ਤੁਹਾਡਾ ਅੱਲਾ ਕਰੇ ਇਨਸ਼ਾਅੱਲਾ ਅਗਰ ਤੁਸੀਂ ਮੈਰਿਡ ਹੋ, ਬੱਚੀ ਬੱਚਾ ਉੱਥੇ ਹੋ ਜਾਂਦਾ ਬ੍ਰਾਜ਼ੀਲ ਦੇ ਵਿੱਚ, ਵਿਦਇਨ 7 ਡੇਜ਼ ਤੁਸੀਂ ਰਜਿਸਟ੍ਰੇਸ਼ਨ ਕਰਵਾ ਕੇ ਬੱਚੇ ਦਾ ਪਾਸਪੋਰਟ ਤੁਸੀਂ ਅਪਲਾਈ ਕਰ ਸਕਦੇ ਹੋ। ਉੱਥੇ ਰੂਲ ਆ ਇੱਥੇ ਬ੍ਰਾਜ਼ੀਲ ਦੇ ਵਿੱਚ, ਨਹੀਂ ਯਕੀਨ ਤਾਂ ਗੂਗਲ ਕਰਕੇ ਦੇਖੋ। ਬੱਚਾ ਬੱਚੀ ਤੁਹਾਡਾ ਉੱਥੇ ਪੈਦਾ ਹੋ ਜਾਵੇ ਬ੍ਰਾਜ਼ੀਲ ਦੇ ਵਿੱਚ, 7 ਡੇਜ਼ ਦੇ ਅੰਦਰ ਮੈਂ ਜਿਸ ਤਰ੍ਹਾਂ ਦੱਸਿਆ ਕਿ ਤੁਸੀਂ ਪਾਸਪੋਰਟ ਉਹਦਾ ਬ੍ਰਾਜ਼ੀਲ ਦਾ ਅਪਲਾਈ ਕਰ ਸਕਦੇ। ਦੁਨੀਆ ਦੇ 20 ਟੌਪ ਦੇ ਜਿਹੜੇ ਪਾਸਪੋਰਟ ਆ ਉਹਨਾਂ ਦੇ ਵਿੱਚੋਂ ਇੱਕ ਆ, ਅਤੇ ਤੁਹਾਨੂੰ ਬੱਚੇ ਦੇ ਬਿਹਾਵ ਦੇ ਉੱਤੇ, ਕਿ ਬੱਚਾ ਬ੍ਰਾਜ਼ੀਲੀਅਨ ਆ, ਤੁਹਾਨੂੰ ਬੱਚੇ ਦੇ ਬਿਹਾਵ ਦੇ ਉੱਤੇ ਤੁਹਾਨੂੰ ਪਰਮਾਨੈਂਟ ਰੈਜੀਡੈਂਸੀ ਲੱਭ ਜਾਣੀ ਹੈ, ਜਿਹੜੀ ਤੁਸੀਂ 3 ਸਾਲ ਬਾਅਦ ਤੁਸੀਂ ਇਲੀਜੀਬਲ ਹੋ ਆਪਣਾ ਪਾਸਪੋਰਟ ਅਪਲਾਈ ਕਰਨ ਦੇ ਵਾਸਤੇ। ਅਤੇ ਅਗਰ ਤੁਸੀਂ ਡਿਗਰੀ ਕਰ ਲੈਂਦੇ ਹੋ, ਤੁਸੀਂ ਕੰਟਰੀ ਸਵਿੱਚ ਕਰ ਸਕਦੇ ਹਾਂ, ਜਿਸ ਤਰ੍ਹਾਂ ਬਹੁਤ ਜ਼ਿਆਦਾ ਕੰਟਰੀਜ਼ ਹੈਗੀਆਂ ਜਿਹਦੇ ਵਿੱਚ ਪੋਰਚੁਗੀਜ਼ ਸਮਝੀ ਬੋਲੀ ਜਾਂਦੀ ਹੈ। ਇੱਕ ਤਾਂ ਪੋਰਚੁਗਾਲ ਆ, ਦੂਸਰਾ ਜਿਹੜਾ ਵਾ ਸਪੇਨ ਦੇ ਵਿੱਚ ਬੜੇ ਜ਼ਿਆਦਾ ਲੋਕ ਜਿਹੜੇ ਆ, ਕਿਉਂਕਿ ਸਪੈਨਿਸ਼ ਅਤੇ ਪੋਰਚੁਗੀਜ਼ ਤਕਰੀਬਨ ਰਲਦੀ ਜੁਲਦੀ ਮਿਲਦੀ ਆ, ਜਿਸ ਤਰ੍ਹਾਂ ਉਰਦੂ ਅਤੇ ਹਿੰਦੀ ਆ, ਇਸ ਤਰ੍ਹਾਂ ਪੰਜਾਬੀ ਪਾਕਿਸਤਾਨ ਦੀ ਤਾਂ ਇੰਡੀਆ ਦੀ ਵੈਰੀ ਸਿਮੀਲਰ ਆ, ਐਕਸੈਪਟ ਦੈਨ ਫਿਊ ਵਰਡਸ। ਅੱਛਾ, ਇੱਕ ਤਾਂ ਇਹ ਕੰਟਰੀ ਹੋ ਗਿਆ, ਫੀਸ ਇਹਨਾਂ ਦੀ ਬਹੁਤ ਥੋੜ੍ਹੀ ਆ, ਠੀਕ ਆ। ਤੀਸਰੇ ਨੰਬਰ 'ਤੇ ਅਸੀਂ ਗੱਲ ਕਰਾਂਗੇ ਚੈੱਕ ਰਿਪਬਲਿਕ ਦੀ। ਚੈੱਕ ਰਿਪਬਲਿਕ ਨਿਹਾਇਤ ਚੀਪ ਕੰਟਰੀ ਆ, ਪਾਕਿਸਤਾਨ ਦੇ ਵਿੱਚ ਇਹਦੀ ਐਮਬੈਸੀ ਹੈਗੀ ਹੈ, ਕੋਈ ਇਤਨੇ ਕੁਐਸਚਨ ਨਹੀਂ ਪੁੱਛਦੇ ਕਿ ਕਿਉਂ। ਤਾਂ ਜਿਸ ਤਰ੍ਹਾਂ ਯੂਕੇ ਬਾਰੇ, ਯੂਕੇ ਬੜਾ ਸਟ੍ਰਿਕ ਹੈਗਾ ਵਾ, ਕੈਨੇਡਾ ਬੜਾ ਸਟ੍ਰਿਕ ਆ, ਆਸਟ੍ਰੇਲੀਆ ਬੜਾ ਸਟ੍ਰਿਕ ਆ, ਮਤਲਬ ਉਹਨਾਂ ਦੀ ਜਿਹੜੀਆਂ ਐਮਬੈਸੀਆਂ ਬਹੁਤ ਹਾਰਸ਼ ਕੁਐਸਚਨ ਪੁੱਛਦੀਆਂ ਵਾ। ਬਹੁਤ ਈਜ਼ੀ ਆ, ਇਹਨਾਂ ਨੇ ਤੁਹਾਨੂੰ ਸਿਰਫ ਇਹ ਪੁੱਛਣਾ, ਐਕਸੈਪਟੈਂਸ ਲੈਟਰ ਆ ਗਿਆ, ਤੁਹਾਡਾ 70% ਚਾਂਸ ਹੁੰਦਾ ਕਿ ਤੁਹਾਡਾ ਵੀਜ਼ਾ ਲੱਗ ਜਾਣਾ। ਮੁੜ ਕੇ ਤੁਹਾਡੀਆਂ ਡਿਗਰੀਆਂ ਵੈਰੀਫਾਈ ਹੋ ਗਈਆਂ, ਵੀਜ਼ਾ ਕਨਫਰਮ। ਇਹਨਾਂ ਦੀ ਫੀਸ ਮੈਕਸ ਜਿਹੜੀ ਹੋਊਗੀ ਨਾ ਬੈਚਲਰ ਡਿਗਰੀ ਦੀ, $2000, £2000 ਤੋਂ ਜ਼ਿਆਦਾ ਨਹੀਂ ਹੋਣੀ, ਇਹ ਮੈਂ ਤੁਹਾਨੂੰ ਗਾਰੰਟੀ ਨਾ ਕਹਿੰਦਾ। ਵੀਜ਼ਾ ਤਾਂ ਨਿਹਾਇਤ ਈਜ਼ੀ ਆ, ਦਾਖਲੇ ਸ਼ੁਰੂ ਹੁੰਦੇ ਸੈਪਟੈਂਬਰ ਦੇ ਵਿੱਚ, ਮੋਸਟ ਆਫ ਦੈਮ ਦਾਖਲੇ ਸੈਪਟੈਂਬਰ ਦੇ ਵਿੱਚ ਸ਼ੁਰੂ ਹੁੰਦੇ ਆ। ਅੱਛਾ, ਚੌਥੇ ਨੰਬਰ ਦਾ ਜਿਹੜਾ ਮੈਨੂੰ ਬਹੁਤ ਫੈਸੀਨੇਟ ਕੀਤਾ, ਅਤੇ ਮੈਂ ਇਹਨੂੰ ਮੈਂ ਪੂਰਾ ਇਹਦਾ ਮੈਂ ਜਾਂਚ ਪੜਤਾਲ ਕਰਕੇ ਮੈਂ ਤੁਹਾਨੂੰ ਗੱਲ ਦੱਸ ਰਿਹਾ। ਚੌਥਾ ਕੰਟਰੀ ਹੈਗਾ ਜੀ ਲਕਸਮਬਰਗ। ਲਕਸਮਬਰਗ ਜਿਸ ਤਰ੍ਹਾਂ ਸਾਡੇ ਲੋਕ ਜਾਣਦੇ ਆ ਕਿ ਇਹ ਦੁਨੀਆ ਦੇ ਜਿਹੜੇ 3 ਟੌਪ ਰਿਚੈਸਟ ਕੰਟਰੀ ਆ, ਉਹਨਾਂ ਦੇ ਵਿੱਚੋਂ ਵਨ ਆਫ ਦੈਮ ਇੱਕ ਇਹ ਵੀ ਆ ਲਕਸਮਬਰਗ ਆ। ਦਾਖਲੇ ਉਹਦੇ ਗੁਜ਼ਰ ਚੁੱਕੇ ਆ, ਜਿਹੜੇ ਉਹਨਾਂ ਦੇ ਮੋਸਟ ਆਫ ਯੂਨੀਵਰਸਿਟੀਜ਼ ਆ, ਉਹ ਉਹਨਾਂ ਦੇ ਦਾਖਲੇ ਮਾਰਚ ਤਾਂ ਅਪ੍ਰੈਲ ਦੇ ਵਿੱਚ ਉਹ ਲੈਂਦੇ ਆ ਸਟੂਡੈਂਟ ਨਾ, ਇੰਟਰਨੈਸ਼ਨਲ ਸਟੂਡੈਂਟ, ਉਹ ਦਾਖਲੇ ਗੁਜ਼ਰ ਚੁੱਕੇ ਆ। ਲੇਕਿਨ ਤੁਹਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ, ਜਿਸ ਤਰ੍ਹਾਂ ਮੈਂ ਤੁਹਾਨੂੰ ਵਾਅਦਾ ਕੀਤਾ ਸ਼ੁਰੂ 'ਚ ਕਿ ਮੈਂ ਤੁਹਾਨੂੰ ਟਿਪ ਦਊਂਗਾ। ਅੱਛਾ, ਉਹਦੀ ਇੱਕ ਯੂਨੀਵਰਸਿਟੀ ਆ, ਯੂਨੀਵਰਸਿਟੀ ਆਫ ਲੋਨੈਕਸ, LUNEX। ਮੈਂ ਨਾ ਆਪਣੇ ਇੱਥੇ, ਮੈਂ ਤੁਹਾਡੇ ਸਕਰੀਨ ਦੇ ਉੱਤੇ ਵੀ ਇਹਦਾ ਮੈਂ ਯੂਨੀਵਰਸਿਟੀ ਦਾ ਨੇਮ ਚਲਾ ਦਊਂਗਾ। ਗੂਗਲ ਕਰੋ ਇਹਨੂੰ, ਇਹਨਾਂ ਨਾਲ ਕੰਟੈਕਟ ਕਰੋ। ਇਹ ਕੀ ਕਰਦੇ ਆ ਕਿ ਫੀਸ ਇਹਦੀ ਥੋੜ੍ਹੀ ਜਿਹੀ ਜ਼ਿਆਦਾ ਵਾ, ਮਤਲਬ ਇਤਨੀ ਜ਼ਿਆਦਾ ਨਹੀਂ ਆ, ਤਕਰੀਬਨ 3500-4000
ਪਾਊਂਡ ਆ ਇਹਦੀ ਫੀਸ, ਠੀਕ ਆ, ਇੱਕ ਸਾਲ ਦੀ। ਇਹ ਸਿਰਫ ਤੋਂ ਸਿਰਫ ਕੋਰਸ ਉਹ ਕਰਵਾਉਂਦੇ ਆ ਫਿਜ਼ੀਓਥੈਰੇਪਿਸਟ ਦਾ, ਜਾਂ ਸਪੋਰਟਸ ਦੇ ਮੁਤਲਕ ਤੁਸੀਂ ਕੋਈ ਇੰਸਟਰਕਟਰ ਬਣਨਾ ਚਾਹੁੰਦੇ ਆ ਉਹਦੇ ਬਾਰੇ। ਮੇਰੀ ਰਿਕਮੈਂਡੇਸ਼ਨ ਇਹ ਆ ਤੁਸੀਂ ਫਿਜ਼ੀਓਥੈਰੇਪਿਸਟ ਦੀ ਡਿਗਰੀ ਲਓ। ਮੈਂ ਗਰੰਟੀ ਦੇ ਨਾਲ ਕਹਿੰਦਾ ਵਾਂ, ਅਗਰ ਤੁਸੀਂ ਗੂਗਲ ਕਰਕੇ ਵੀ ਦੇਖੋ ਕਿ ਅਮੈਰੀਕਾ ਤੋਂ ਸ਼ੁਰੂ ਕਰੋ, ਸ਼ੈਨਗਨ, UK, ਤਾਂ ਫਿਰ ਆਸਟ੍ਰੇਲੀਆ, ਇੱਥੇ ਗੂਗਲ ਕਰਕੇ ਦੇਖਣਾ ਕਿ ਫਿਜ਼ੀਓਥੈਰੇਪਿਸਟ ਦੀ ਜਿਹੜੀ ਮਿਨੀਮਮ ਪਰ ਆਰ ਰੇਟ ਆ ਉਹ ਕੀ ਹੈ। ਮੈਂ ਇੱਥੇ ਬਹੁਤ ਜ਼ਿਆਦਾ ਫਿਜ਼ੀਓਥੈਰੇਪਿਸਟ ਜਾਣਦਾ ਵਾਂ ਜਿਹੜੇ £40 ਪਰ ਆਰ ਲੈਣ ਡਏ ਆ, ਠੀਕ ਆ। ਅਗਰ ਤੁਸੀਂ ਡਿਗਰੀ ਕਰ ਲੈਂਦੇ ਹੋ ਸਪੈਸ਼ਲੀ ਲੈਕਸਮਬਰਗ ਦੀ, ਤੁਸੀਂ ਆਪਣੇ ਸਪਾਊਸ ਨੂੰ ਵੀ ਬੁਲਾ ਸਕਦੇ ਹੋ ਉੱਥੇ। ਤੋ ਮੇਰੀ ਰਿਕਮੈਂਡੇਸ਼ਨ ਇਹੀ ਆ ਕਿ ਤੁਸੀਂ ਇਸ ਯੂਨੀਵਰਸਿਟੀ ਨਾਲ ਕੰਟੈਕਟ ਕਰੋ, ਉੱਥੇ ਇਹਦੀ ਫੀਸ ਹੈਗੀ 3,500, ਇਹਦਾ ਵੀਜ਼ਾ ਬਹੁਤ ਈਜ਼ੀ ਆ। ਆਈਲੈਟਸ ਇਹ ਜਿੰਨੀਆਂ ਵੀ ਮੈਂ ਕੰਟਰੀ ਦੱਸਿਆ ਕੰਪਲਸਰੀ ਨਹੀਂ ਆ, ਅਗਰ ਜਿਸ ਤਰ੍ਹਾਂ ਕੀਤਾ ਵਾ ਦੀ ਬੈਸਟ ਆ, ਨਹੀਂ ਕੀਤਾ ਉਹ ਰਿਕੁਆਇਰਡ ਨਹੀਂ ਆ, ਉੱਥੇ ਕੰਪਲਸਰੀ ਨਹੀਂ ਆ। ਅਤੇ ਲੈਕਸਮਬਰਗ ਦੇ ਬਾਰੇ ਤੁਸੀਂ ਇਹਦੇ ਬਾਰੇ ਡੀਪਲੀ ਸੋਚਿਓ, ਬਾਕੀ ਕੰਟਰੀ ਮੈਂ ਜਿਹੜੇ ਦੱਸੇ ਆ ਇਹ ਬਹੁਤ ਅਹਿਮੀਅਤ ਦੇ ਹਾਮਲ ਆ, ਤੁਹਾਡੇ ਲਈ ਫਾਇਦਾ ਹੀ ਹੋਏਗਾ, ਨੁਕਸਾਨ ਨਹੀਂ ਹੋਊਗਾ। ਹਾਲਾਂਕਿ ਜਰਮਨੀ ਵੀ ਮੈਂ ਨਾਂ ਲੈ ਸਕਦਾ ਸੀ, ਮਾਲਟਾ ਵੀ ਆ, ਇਟਲੀ ਵੀ ਆ, ਬੈਲਜੀਅਮ ਵੀ ਆ, ਲੇਕਿਨ ਇਹ ਚਾਰ ਕੰਟਰੀ ਐਸੇ ਹੈਗੇ ਆ ਜਿਹੜੇ ਮੇਰੇ ਹਿਸਾਬ ਦੇ ਨਾਲ ਦੀ ਬੈਸਟ ਆ। ਫੀਸਾਂ ਬਹੁਤ ਕਮ ਆ, ਟਿਊਸ਼ਨ ਫੀਸ ਜਾਂ ਹੈ ਹੀ ਨਹੀਂ ਜਾਂ ਬਹੁਤ ਕਮ ਆ, ਆਈਲੈਟਸ ਕੰਪਲਸਰੀ ਨਹੀਂ ਆ, ਵੀਜ਼ਾ ਬਹੁਤ ਈਜ਼ੀ ਆ, ਇਸ ਕਰਕੇ ਮੈਂ ਚਾਰ ਕੰਟਰੀ ਮੈਂ ਚੂਜ਼ ਕੀਤੇ ਆ। ਅੱਛਾ, ਲੈਕਸਮਬਰਗ ਦੇ ਬਾਰੇ ਇਹ ਆ ਕਿ ਅਗਰ ਤੁਸੀਂ ਇਹਦੀ ਡਿਗਰੀ ਕਰ ਲੈਂਦੇ ਆ ਤੁਹਾਨੂੰ ਉਸੇ ਉੱਥੇ ਵੀ ਤੁਹਾਨੂੰ ਜੋਬ ਆਫਰ ਸ਼ੁਰੂ ਹੋ ਜਾਣੀਆਂ। UK ਅਪਲਾਈ ਕਰੋ, ਅਮੈਰੀਕਾ ਅਪਲਾਈ ਕਰੋ ਡਿਗਰੀ ਲੈ ਕੇ, ਠੀਕ ਆ। ਅਤੇ ਦੋਸਤੋ, ਵੀਡੀਓ ਅਗਰ ਇੱਥੇ ਤੱਕ ਪਸੰਦ ਆਈ ਆ ਪਲੀਜ਼ ਇਹਨੂੰ ਲਾਈਕ ਜ਼ਰੂਰ ਕਰਨਾ, ਸ਼ੇਅਰ ਕਰਨਾ ਦੋਸਤਾਂ ਦੇ ਨਾਲ, ਤਾਂ ਬੈੱਲ ਆਈਕਨ ਨੂੰ ਪ੍ਰੈਸ ਕਰਨਾ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਅਤੇ ਮੈਨੂੰ ਇਜਾਜ਼ਤ ਦਿਓ, ਆਪਣਾ ਖਿਆਲ ਰੱਖਿਓ, ਅਗਲੀ ਵੀਡੀਓ ਤੱਕ ਮੁਲਾਕਾਤ ਹੋਏਗੀ ਫਿਰ। ਗੁੱਡ ਲੱਕ।